ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਆਈ ਦਿਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਪਾਉਣੇ ਕਿ ਜਲਦੋਂ ਲੈ ਕੇ ਹੋਵੇ ਟੀਚਰ ਬੇਸ ਕੋਈ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗਵਰਨਟ ਜੌਬ ਹੋਵੇ ਅੱਜ ਅਸੀਂ ਜਿਹੜੀ ਤੁਹਾਡੇ ਲਈ ਪੀਐਸ ਚੱਟ ਦੇ ਈਵੀਐਸ ਦੀ ਅਗਲੀ ਵੀਡੀਓ ਲੈ ਕੇ ਆਏ ਆ ਨੈਕਸਟ ਜਿਹੜਾ ਉਹਦਾ ਪਾਰਟ ਹੈ ਤੇ ਜਿਹੜਾ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਜੋ ਅੱਜ ਆਪਾਂ ਕਰਨਾ ਹੈ ਇਹ 100% ਜਿਹੜਾ ਹਰ ਸਾਲ ਪੁੱਛਿਆ ਜਾਂਦਾ ਹੈ ਜਿਹੜਾ ਰੀਵੈਲਿਊਏਸ਼ਨ ਜਿਹੜਾ ਇਹ ਟੌਪਿਕ ਹੈ ਇਹਦੇ ਨਾਲ ਰਿਲੇਟਡ 100% ਹਰ ਸਾਲ ਪੀਪਰ ਦੇ ਵਿੱਚ ਇੱਕ ਕੁਐਸਚਨ ਆ ਜਿਹੜਾ ਪੁੱਛਿਆ ਜਾਂਦਾ ਇਹ ਇਕੱਲਾ ਪੀਟੈਟ ਨਹੀਂ ਜਿਹੜੇ ਵੀ ਪੰਜਾਬ ਲੈਵਲ ਦੇ ਇਗਜ਼ਾਮ ਹੁੰਦੇ ਆ ਉਹਦੇ ਵਿੱਚ ਇਹ ਰੀਵੈਲਿਊਏਸ਼ਨ ਨੂੰ ਲੈ ਕੇ ਇੱਕ ਕੁਐਸਚਨ ਜ਼ਰੂਰ ਆਂਦਾ ਤੇ ਇਹ ਤਾਂ ਵੀਡੀਓ ਤੁਸੀਂ ਸੇਵ ਕਰਕੇ ਰੱਖੋ ਜਾਂ ਵੀਡੀਓ ਨੂੰ ਤੁਸੀਂ ਨੋਟਸ ਦੇ ਵਿੱਚ ਜਾਂ ਇਸ ਪੂਰੀ ਜਿਹੜਾ ਉਤਾਰ ਕੇ ਰੱਖੋ ਪੂਰਾ ਇਹ ਵਾਲਾ ਪੇਜ ਆ ਜਿਹੜਾ ਕਿਉਂਕਿ ਇਹ ਤਾਂ ਤੁਸੀਂ ਪੇਪਰ ਦੇਣ ਤੋਂ 10 ਮਿੰਟ ਪਹਿਲਾਂ ਇਹਨੂੰ ਜਰੂਰ ਪੜ੍ਹ ਕੇ ਜਾਣਾ ਕਿਉਂਕਿ EVS ਦੇ ਵਿੱਚ ਜਿਹੜੇ ਸ਼ੁਰੂਆਤੀ ਕੁਐਸਚਨ ਹੁੰਦੇ ਆ ਉਹਦੇ ਵਿੱਚ ਹੀ ਇਹ ਕੁਐਸਚਨ ਤੁਹਾਨੂੰ ਮਿਲੂਗਾ ਰੀਵੈਲਿਊਏਸ਼ਨ ਦਾ ਇਹਨੂੰ ਤੁਸੀਂ ਯਾਦ ਨਾਲ ਵੀਡੀਓ ਨੂੰ ਸੇਵ ਕਰਕੇ ਜਾਂ ਫਿਰ ਇਹਨੂੰ ਉਤਾਰ ਕੇ ਇੱਕ ਅਲੱਗ ਪੇਜ ਤੇ ਰੱਖੋ ਤਾਂ ਜੋ ਤੁਸੀਂ ਭੁੱਲ ਨਾ ਕਿਉਂਕਿ ਇਹਦੇ ਵਿੱਚ ਪੱਕਾ ਕੁਐਸਚਨ ਆਉਣਾ ਤੇ ਆਪਾਂ ਸ਼ੁਰੂ ਕਰਦੇ ਆਂ EVS ਦਾ ਰੀਵੈਲਿਊਏਸ਼ਨ ਇਹ 100% ਫਿਰ ਤੁਹਾਨੂੰ ਦੱਸ ਦਈਏ ਕਿ ਇਹਦਾ ਕੁਐਸਚਨ ਆਉਂਦਾ ਹੀ ਹੁੰਦਾ ਹੈ ਪੇਪਰ 'ਚ ਇਹ ਜਿਹੜੀਆਂ 14 ਰੀਵੈਲਿਊਏਸ਼ਨਸ ਦੇ ਵਿੱਚ ਇਹ ਇਹਦੇ ਵਿੱਚ ਹੈਗੀਆਂ ਇਸ ਨੋਟਸ ਦੇ ਵਿੱਚ ਸ਼ੁਰੂ ਕਰਦੇ ਆਪਾਂ ਫਸਟ ਤੋਂ ਗ੍ਰੀਨ ਰੀਵੈਲਿਊਏਸ਼ਨ ਇਹ ਕਿਹਦੇ ਨਾਲ ਸਬੰਧਤ ਹੈ ਫਸਲਾਂ ਨਾਲ ਸਬੰਧਤ ਹੈ ਤੁਸੀਂ ਐਂ ਲਿਖਦੇ ਜਾਓ ਇਹ ਫਸਲਾਂ ਨਾਲ ਸੰਬੰਧਿਤ ਹੈ ਇਹ ਵੀਡੀਓ ਨੂੰ ਤੁਸੀਂ 2 ਜਾਂ 3 ਵਾਰੀ ਸੁਣ ਲਓ ਤਾਂ ਤੁਹਾਨੂੰ ਵੈਸੇ ਹੀ ਯਾਦ ਹੋ ਜਾਣਗੀਆਂ ਸਾਰੀਆਂ ਰੀਵੈਲਿਊਏਸ਼ਨ ਨੀਲੀ ਕ੍ਰਾਂਤੀ ਇਹ ਮੱਛੀ ਪਾਲਣ ਲਈ ਇਹਦੇ ਨਾਲ ਸਬੰਧਤ ਹੈ ਮੱਛੀ ਪਾਲਣ ਨਾਲ ਸੰਬੰਧਿਤ ਹੈ ਨੀਲੀ ਕ੍ਰਾਂਤੀ ਸਫੇਦ ਕ੍ਰਾਂਤੀ ਹੈ ਜਿਹੜੀ ਇਹ ਦੁੱਧ ਲਈ ਦੁੱਧ ਲਈ ਸੰਬੰਧਿਤ ਹੈ ਦੁੱਧ ਨਾਲ ਸੰਬੰਧਿਤ ਹੈ ਤੁਸੀਂ ਬਸ ਐਂ ਯਾਦ ਕਰਦੇ ਜਾਣਾ ਇਹਨੂੰ ਜ਼ਿਆਦਾ ਇਹ ਨਹੀਂ ਵੀ ਬਹੁਤ ਜ਼ਿਆਦਾ ਇਹਨੂੰ ਡੀਪਲੀ ਪੜ੍ਹਨ ਦੀ ਕੋਸ਼ਿਸ਼ ਕਰੋ ਬਸ ਇਹ ਜਿਹੜੀਆਂ 14 ਨੇ ਵੈਲਿਊਏਸ਼ਨ ਆ ਇਹ ਐਨਜੀ ਤੁਸੀਂ ਭਾਵੇਂ 3-4 ਦਿਨਾਂ ਬਾਅਦ ਵੀਡੀਓ ਨੂੰ ਫਿਰ ਸੁਣ ਲਿਓ ਫਿਰ 3-4 ਦਿਨਾਂ ਬਾਅਦ ਸੁਣ ਲਿਓ ਯਾਦ ਹੋ ਜਾਣਗੀਆਂ ਤੁਹਾਨੂੰ ਪੇਪਰ ਤੱਕ ਐਂ ਚੰਗੀ ਤਰ੍ਹਾਂ ਅਗਲਾ ਕਾਲੀ ਕ੍ਰਾਂਤੀ ਜੋ ਕਿ ਪੈਟਰੋਲੀਅਮ ਨਾਲ ਸੰਬੰਧਿਤ ਹੈ ਕੱਚੇ ਤੇਲ ਨਾਲ ਜਿਹੜੀ ਕਾਲੀ ਕ੍ਰਾਂਤੀ ਸੰਬੰਧਿਤ ਹੈ ਤੇ ਫਿਰ ਆ ਗਿਆ ਲਾਲ ਕ੍ਰਾਂਤੀ ਜੋ ਕਿ ਟਮਾਟਰਾਂ ਨਾਲ ਸੰਬੰਧਿਤ ਹੈ ਟਮਾਟਰ ਉਹ ਰੈੱਡ ਕਲਰ ਦੇ ਹੁੰਦੇ ਆ ਫਿਰ ਇਹ ਭੂਰੀ ਕ੍ਰਾਂਤੀ ਜੋ ਕਿ ਚਮੜੇ ਨਾਲ ਸੰਬੰਧਿਤ ਹੈ ਜਿਹੜੀ ਭੂਰੀ ਕ੍ਰਾਂਤੀ ਹੈ ਕਿਉਂਕਿ ਦੇਖੋ ਇਹ ਨਾਮ ਇਹਨਾਂ ਨੇ ਕ੍ਰਾਂਤੀਆਂ ਤਾਂ ਰੱਖਿਆ ਜਿਨ੍ਹਾਂ ਨਾਲ ਜਿਸ ਚੀਜ਼ ਦੇ ਵਿੱਚ ਵਾਧਾ ਹੁੰਦਾ ਫਿਰ ਉਹਦਾ ਉਹ ਨਾਮ ਰੱਖ ਦਿੰਦੇ ਆ ਦੀਵੇਂ ਸਿਲਵਰ ਕ੍ਰਾਂਤੀ ਜਿਹੜੀ ਹੈ ਅੰਡਿਆਂ ਨਾਲ ਸਬੰਧਿਤ ਹੈ ਪੋਲਟਰੀ ਫਾਰਮ ਪੋਲਟਰੀ ਫਾਰਮ ਜਿਹੜਾ ਪੋਲਟਰੀ ਹੁੰਦੀ ਹੈ ਮਤਲਬ ਜਿਹੜਾ ਪੋਲਟਰੀ ਦਾ ਕੰਮ ਕਰਦੇ ਆ ਉਹਨਾਂ ਨਾਲ ਮਤਲਬ ਸਬੰਧਤ ਹੈ ਸਿਲਵਰ ਕ੍ਰਾਂਤੀ ਗ੍ਰੇ ਕ੍ਰਾਂਤੀ ਜਿਹੜੀ ਕੀ ਖਾਦਾਂ ਨਾਲ ਸਬੰਧਿਤ ਹੈ ਦੇਖੋ 8ਵੇਂ ਨੰਬਰ ਤੇ ਪਈ ਹੈ ਗ੍ਰੇ ਕ੍ਰਾਂਤੀ ਅਗਲੀ ਹੈ ਰਾਉਂਡ ਕ੍ਰਾਂਤੀ ਜਿਹੜੀ ਕਿ ਆਲੂਆਂ ਨਾਲ ਸਬੰਧਿਤ ਹੈ ਤੁਸੀਂ ਵਿੱਚ ਇਹੋ ਜੀਆਂ ਕ੍ਰਾਂਤੀਆਂ ਵੀ ਹੋਣੀਆਂ ਜਿਹੜੀਆਂ ਕਦੇ ਸੁਨੀਆਂ ਨਹੀਂ ਹੋਣੀਆਂ ਰਾਉਂਡ ਕ੍ਰਾਂਤੀ ਜਿਹੜੀਆਂ ਕਿ ਆਲੂਆਂ ਨਾਲ ਸਬੰਧਿਤ ਹੈ ਫਿਰ ਇਹ 골ਡਨ ਫਾਈਬਰ ਕ੍ਰਾਂਤੀ ਜੋ ਕਿ ਜੂਟ ਜਾਂ ਪਟਸਨ ਦੋਵਾਂ ਨਾਲ ਸਬੰਧਿਤ ਹੈ ਜੂਟ ਪਟਸਨ ਦੇ ਨਾਲ ਜਿਹੜੀ ਸਬੰਧਿਤ ਹੈ ਫਿਰ ਇਹ ਗੁਲਾਬੀ ਕ੍ਰਾਂਤੀ ਜੋ ਕਿ ਜਿਹੜੀ ਗੁਲਾਬੀ ਕ੍ਰਾਂਤੀ ਹੈ ਉਹ ਦਵਾਈਆਂ ਤੇ ਮੱਛੀਆਂ ਦਵਾਈਆਂ ਮੱਛੀਆਂ ਨਾਲ ਸਬੰਧਿਤ ਹੈ ਅਗੋਂ ਹੈ ਪੀਲੀ ਕ੍ਰਾਂਤੀ ਜੋ ਕਿ ਤੇਲ ਪਦਾਰਥਾਂ ਨਾਲ ਸੰਬੰਧਿਤ ਹੈ ਦੇਖੋ ਤੇਲ ਪਦਾਰਥਾਂ ਨਾਲ ਸੰਬੰਧਿਤ ਹੈ ਅਗੋਂ ਹੈ ਗੋਲਡਨ ਜਿਹੜੀ ਕ੍ਰਾਂਤੀ ਹੈ ਜਿਹੜੀ ਕਿ ਸ਼ਹਿਦ ਨਾਲ ਸੰਬੰਧਿਤ ਹੈ ਮਤਲਬ ਸ਼ਹਿਦ ਦੇ ਵਿੱਚ ਵਾਧਾ ਹੋਇਆ ਉਹਦੇ ਨਾਲ ਸੰਬੰਧਿਤ ਹੈ ਐਂਡ ਤੇ ਹੈ ਆਪਰੇਸ਼ਨ ਫਲੱਡ ਫਲੱਡ ਆਪਰੇਸ਼ਨ ਫਲੱਡ F L D ਜਿਹੜੀ ਕਿ ਦੁੱਧ ਦੀ ਪੈਦਾਵਾਰ ਨਾਲ ਸੰਬੰਧਿਤ ਹੈ ਉਹਨੂੰ ਫਿਰ ਦੱਸ ਦਈਏ ਰੀਵੈਲਿਊਏਸ਼ਨ ਨੂੰ ਤੁਸੀਂ ਚੰਗੀ ਤਰ੍ਹਾਂ ਦਿਮਾਗ 'ਚ ਰੱਖੋ ਪੇਪਰ 'ਚ ਹਰ ਸਾਲ ਵਾਂਗੇ ਪੁੱਛੀਆਂ ਜਾਂਦੀਆਂ ਹੋਰ ਵੀ ਵੀਡੀਓ ਦੇਵਾਂਗੇ ਤੁਸੀਂ ਇਹਨੂੰ ਸੇਵ ਕਰਕੇ ਰੱਖੋ ਜਾਂ ਇਹਨੂੰ ਲਿਖ ਲਓ ਤੇ ਬਨੇ ਰਹੋ ਤੁਸੀਂ ਸਾਡੇ ਨਾਲ ਧੰਨਵਾਦ